ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਔਫ ਪਾਕਿਸਤਾਨ, ਪੰਜਾਬ ਪੇਜ ਦੀ ਹੈਰੀਟੇਜ ਔਫ ਪਾਕਿਸਤਾਨ ਐਂਡ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਜਿਸ ਤਰ੍ਹਾਂ ਮੈਂ ਪਹਿਲੇ ਦੱਸਦਾ ਵਾਂ, ਖਿੱਤਾ ਪਠਵਾਰ ਦੇ ਵਿੱਚ ਪਾਣੀ ਦੇ ਰਿਜ਼ਰਵਾਇਰ, ਜਿਨ੍ਹਾਂ ਨੂੰ ਇੱਥੇ ਲੋਕਲ ਜ਼ਬਾਨ ਦੇ ਵਿੱਚ ਕਿਹਾ ਜਾਂਦਾ ਪਾਣੀ ਨਹੀਂ ਬੰਨ, ਇਹ ਪਾਣੀ ਦੀਆਂ ਬੰਨਾਂ ਜਿਹੜੀਆਂ ਨੇ ਹਰ ਪਿੰਡ ਦੇ ਵਿੱਚ, ਜਿੱਥੇ ਕਿ ਯਾਨੀ ਕਿ ਸਿੱਖ ਰਾਜ ਦੇ ਵਿੱਚ ਜਿਹੜੇ ਪਿੰਡ ਆਬਾਦ ਹੋਏ ਨੇ ਜਾਂ ਮੁਗਲੀਆ ਦੌਰ ਤੋਂ ਫੌਰਨ ਬਾਅਦ ਜਿਹੜੇ ਆਬਾਦ ਹੋਏ ਨੇ, ਉਹਨਾਂ ਦੇ ਵਿੱਚ ਤਮਾਮ ਦੇ ਵਿੱਚ ਜਿਹੜੇ ਨੇ ਇਹ ਜਿਹੜੀਆਂ ਨੇ ਪਾਣੀ ਦੀਆਂ ਬੰਨਾਂ ਉਹ ਮੌਜੂਦ ਨੇ। ਬਹੁਤ ਖੂਬਸੂਰਤ ਨਜ਼ਾਰਾ, ਅੱਜ ਵੀ ਲੋਕ ਇਹਨਾਂ ਤੋਂ ਬੈਨੀਫਿਟ ਚੁੱਕ ਰਹੇ ਨੇ। ਮੈਂ ਤਕਰੀਬਨ 3 ਘੰਟੇ ਵੇਟ ਕੀਤਾ ਤਾਂ ਕਿ ਪਿੰਡ ਦੀਆਂ ਔਰਤਾਂ ਕੱਪੜੇ ਧੋ ਕੇ ਚਲੇ ਜਾਣ ਅਤੇ ਫਿਰ ਮੈਂ ਇਹਦੇ 'ਚ ਆ ਕੇ ਵੀਡੀਓ ਕਰ ਸਕਾਂ, ਕਿਉਂਕਿ ਇੱਥੇ ਵੀਡੀਓ ਸ਼ੂਟ ਦੀ ਇਜਾਜ਼ਤ ਨਹੀਂ ਸੀ, ਕਿਉਂਕਿ ਬਹੁਤ ਜ਼ਿਆਦਾ ਸਾਰੀਆਂ ਔਰਤਾਂ ਇੱਥੇ ਘਾਟ ਹੈ, ਘਾਟ ਦੇ ਉੱਤੇ ਕੱਪੜੇ ਧੋਣੀਆਂ ਨੇ। ਔਰ ਇਹ ਸੁੱਖੋ ਦੇ ਬਿਲਕੁਲ ਨਾਲ ਜੁੜਿਆ ਹੋਇਆ ਢੋਕ ਸਰ ਵੀ ਕਹਿੰਦੇ ਨੇ ਇਹਨੂੰ, ਔਰ ਇੱਕ ਦੋ ਨਾਮ ਹੋਰ ਰਹਿੰਦੇ ਨੇ, ਜਸਵਾਲ ਵੀ ਕਹਿੰਦੇ ਨੇ ਇਸ ਜਗ੍ਹਾ ਨੂੰ। ਬਹੁਤ ਪਿਆਰੀ ਜਗ੍ਹਾ ਔਰ ਇੱਥੇ ਬਹੁਤ ਖੂਬਸੂਰਤੀ ਹੈ, ਨੈਚੁਰਲ ਬਿਊਟੀ ਹੈ, ਹਰ ਚੀਜ਼ ਜਿਹੜੀ ਹੈ ਉਹ ਅੱਛੀ ਲੱਗਦੀ ਹੈ ਜਿਹੜੀ ਕੁਦਰਤੀ ਤੌਰ 'ਤੇ ਹੋਵੇ। ਇਹ ਸਿੱਖ ਪੀਰੀਅਡ ਦੇ ਵਿੱਚ ਸਿੱਖਾਂ ਦੇ ਅੱਗੇ ਹੱਥ ਦੇ ਲੱਗੇ ਹੋਏ ਬੋਰਡ ਨੇ, ਇਹ 6 ਬੋਰਡਾਂ ਵਾਲੀ ਬੰਨ ਹੈ। ਅੱਛਾ, ਇਹਦੇ ਵਿੱਚ ਕੁਛ ਪਿੱਪਲ ਵੀ ਨੇ ਔਰ ਕੁਛ ਬੋਰਡ ਵੀ ਨੇ, ਦੋਨੋਂ ਚੀਜ਼ਾਂ ਮੌਜੂਦ ਨੇ। ਇਹ ਜਿਹੜਾ ਜਗ੍ਹਾ ਇੱਥੇ ਕੱਪੜੇ ਧੋਤੇ ਜਾਂਦੇ ਨੇ, ਇਸ ਜਗ੍ਹਾ ਦੇ ਉੱਤੇ ਲਾਈਨ 'ਚ ਤੀਵੀਆਂ ਬੈਠੀਆਂ ਨੇ, ਔਰਤੀਆਂ ਬੈਠੀਆਂ ਨੇ, ਉਹਨਾਂ ਉੱਤੇ ਕੱਪੜੇ ਧੋਤੇ ਜਾਂਦੇ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਬਹੁਤ ਗੂੜੀਆਂ ਅਤੇ ਠੰਡੀਆਂ ਛਾਵਾਂ ਨੇ, ਸ਼ਾਇਦ ਇਸ ਪੰਜਾਬ 'ਚ ਚੀਜ਼ਾਂ ਖਤਮ ਹੋ ਗਈਆਂ ਨੇ। ਅਸਲ ਵਿੱਚ ਜਿਹੜਾ ਪਰਪਸ ਹੁੰਦਾ ਸੀ ਕਿ ਲੋਕ ਗਰਮੀ ਦੇ ਦਿਨਾਂ ਦੇ ਵਿੱਚ ਇਹਨਾਂ ਦਰੱਖਤਾਂ ਦੀ ਛਾਵੇਂ ਆ ਕੇ ਬੈਠਦੇ ਸਨ ਔਰ ਗਰਮੀ ਦੂਰ ਕਰਦੇ ਸਨ। ਹੁਣ ਵੀ ਅੱਜ ਕੱਲ੍ਹ ਵੀ ਸ਼ਾਰਟਫਾਲ ਇਲੈਕਟ੍ਰਿਸਿਟੀ ਦਾ ਪੰਜਾਬ ਦੇ ਵਿੱਚ, ਅਤੇ ਇਸ ਵਾਸਤੇ ਲੋਕ ਹੁਣ ਵੀ ਗਰਮੀਆਂ ਦੀਆਂ ਦੁਪਹਿਰਾਂ ਨੂੰ ਇਹਨਾਂ ਪਾਣੀ ਦੀਆਂ ਬੰਨਾਂ ਦੇ ਕਿਨਾਰੇ 'ਤੇ ਆ ਕੇ ਬੈਠਦੇ ਨੇ, ਬੋੜਾਂ ਦੇ ਥੱਲੇ ਆ ਕੇ ਬੈਠਦੇ ਨੇ ਔਰ ਇਸਤੀਫਾਦਾ ਕਰਦੇ ਨੇ ਇਹਨਾਂ ਜਗ੍ਹਾ ਤੋਂ ਔਰ ਖੂਬਸੂਰਤੀ ਤੋਂ। ਮੇਰਾ ਖਿਆਲ ਹੈ ਕਿ ਇਹਨਾਂ ਨੈਚੁਰਲ ਸੀਨ ਜਿਹੜੇ ਨੇ ਬਹੁਤ ਘੱਟ ਦੇਖਣ ਵਿੱਚ ਨਜ਼ਰ ਆਉਂਦੇ ਨੇ। ਮੇਬੀ ਈਸਟ ਪੰਜਾਬ ਦੇ ਵਿੱਚ ਇੰਨਾ ਹੋਵੇ, ਲੇਕਿਨ ਵੈਸਟ ਪੰਜਾਬ ਦੇ ਵਿੱਚ ਕਿਸੇ ਹੱਦ ਤੱਕ ਇਹ ਚੀਜ਼ਾਂ ਬਾਕੀ ਨੇ ਔਰ ਲੋਕਾਂ ਡਿਸਟਰੋਏ ਨਹੀਂ ਕੀਤੀਆਂ। ਹਰ ਇੱਕ ਦਾ ਆਪਣਾ ਅੰਦਾਜ਼ ਹੁੰਦਾ ਔਰ ਤਰੀਕਾਕਾਰ ਹੁੰਦਾ, ਉਹਦੇ ਮੁਤਾਬਿਕ ਉਹ ਇੰਜੋਏ ਕਰਦਾ। ਇਹ ਵਾਹਿਦ ਬੰਨ ਹੈ ਜਿੱਥੇ ਕੰਬੀਨੇਸ਼ਨ ਹੈ ਪਿੱਪਲ ਔਰ ਬੋਰਡ ਦਾ। ਇਹ ਸਾਹਮਣੇ ਮੇਰੇ ਸੁੱਖੋ ਹੈ ਔਰ ਇਹ ਸੁੱਖੋ ਤੋਂ ਪਹਿਲੇ ਪਾਣੀ ਦੀ ਬੰਨ ਹੈ, ਇਸ਼ਨਾਨ ਘਾਟ ਵੀ ਕਿਹਾ ਜਾਂਦਾ ਸੀ ਇਹਨੂੰ। ਬਹੁਤ ਵਧੀਆ ਨਜ਼ਾਰਾ, ਬਿਲਕੁਲ ਵਾਈਲਡ ਜੀ ਲੁੱਕ ਹੈ ਔਰ ਬੜਾ ਅੱਛਾ ਲੱਗਦਾ ਦੇਖ ਕੇ। ਇਹ ਦੇਖੋ, ਇਹ ਭਾਈ ਹੋਰੀ ਆਪਣੇ ਤਰੀਕੇ ਨਾਲ ਛਾਂ ਨੂੰ ਇੰਜੋਏ ਕਰ ਰਹੇ ਨੇ, ਗਰਮੀ ਨੂੰ ਜਿਹੜਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਬੈਠ ਕੇ। ਮੈਨੂੰ ਇਹ ਬੰਨਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ, ਬਹੁਤ ਖੂਬਸੂਰਤ ਲੱਗਦੀਆਂ ਨੇ, ਬਹੁਤ ਅੱਛੀਆਂ ਲੱਗਦੀਆਂ ਨੇ। ਲੋਕਟ ਸੈਂਡ ਸਟੋਨ ਜਿਹੜਾ ਉਹਦੇ ਨਾਲ ਬਣਾਈਆਂ ਹੋਈਆਂ ਨੇ, ਕਿਨਾਰੇ ਬੜੇ ਮਜ਼ਬੂਤ ਨੇ ਔਰ ਅੱਛੀਆਂ ਗਹਿਰੀਆਂ ਨੇ ਬੰਨਾਂ ਪਾਣੀ ਦੀਆਂ। ਦਿਨੇ ਲੋਕ ਆਪਣੇ ਮਾਲ ਡੰਗਰ ਵੀ ਇੱਥੇ ਲਿਆ ਕੇ ਬੰਨਦੇ ਨੇ, ਸ਼ਾਮ ਨੂੰ ਮਾਲ ਡੰਗਰ ਇੱਥੇ ਪਾਣੀ ਪੀਂਦਾ ਆ ਘਰ ਚਲਾ ਜਾਂਦਾ। ਅੱਜ ਕੱਲ੍ਹ ਬੋਰਡ ਨੂੰ ਲੱਗ ਰਹੀਆਂ ਨੇ ਗੋਲਾਂ, ਇਹ ਦੇਖੋ ਬੋਰਡ ਦੀਆਂ ਗੋਲਾਂ ਜਿਹੜੀਆਂ ਨੇ
ਲੱਗੀਆਂ ਨੇ ਔਰ ਬਰਸਾਤ ਤੋਂ ਬਾਅਦ ਇਹ ਬਿਲਕੁਲ ਇੱਕਦਮ ਪੱਕ ਜਾਣਗੀਆਂ। ਬਚਪਨ 'ਚ ਅਸੀਂ ਇਹ ਗੋਲਾਂ ਖਾਂਦੇ ਹੁੰਦੇ ਸੀ ਔਰ ਇਹਨਾਂ ਦਾ ਮੈਡੀਕਲੀ ਵੀ ਬੜਾ ਅੱਛਾ ਰਿਜ਼ਲਟ ਹੈ। ਹਕੀਮ ਸਾਹਿਬ ਮੇਰੇ ਨਾਲ ਨੇ, ਬਾਦੋ ਰਸਤੇ 'ਚ ਜਾਂਦੇ ਹੋਏ ਮੈਂ ਇਹਨਾਂ ਦੀ ਅਫਾਦੀਅਤ ਜਿਹੜੀ ਹੈ ਉਹ ਪੁੱਛਾਂਗਾ। ਇਹ ਬੋਰਡ ਜਿਹੜੀ ਹੈ ਕਹਿੰਦੇ ਨੇ ਕਿ ਇਹ ਬਹੁਤ ਹੀ ਪੁਰਾਣੀ ਹੈ, ਕਮ ਅਜ਼ ਕਮ ਕੋਈ 700 ਈਅਰਸ ਅਗੋ ਜਿਹੜੀ ਹੈ ਇੱਕ ਬੋਰਡ ਹੈ। ਔਰ ਇਹਦੇ ਦੇਖੋ ਤੁਸੀਂ, ਪੰਜ ਸਟੈਮ ਨੇ ਇੱਕ ਹੀ ਬੋਰਡ ਦੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਕੁਛ ਮੈਨੂੰ ਬਿਜੜੇ ਦੇ ਘਰ ਨਜ਼ਰ ਆ ਰਹੇ ਨੇ, ਇਹ ਦੇਖੋ ਬਹੁਤ ਹੀ ਪਿਆਰਾ। ਇਹ ਬੰਨ ਚੁੱਤਰਨ ਦਾ ਰਸਤਾ ਹੈ, ਇਹ ਸਟੈਪਸ ਬਣੇ ਹੋਏ ਨੇ ਓਰੀਜਨਲ ਸਟੋਨ ਦੇ ਬਣੇ ਹੋਏ ਨੇ। ਮੈਨੂੰ ਗੁਰਪ੍ਰੀਤ ਅਨੰਤ ਜੀ ਦੇ ਫੋਰ ਫਾਦਰਸ ਵਾਲੀ ਬੰਨ ਵੀ ਨਜ਼ਰ ਆਉਂਦੀ ਹੈ ਵੇਖ ਕੇ। ਲੋਕ ਅੱਜ ਵੀ ਦੇਖੋ ਇਹਨਾਂ ਚੀਜ਼ਾਂ ਤੋਂ ਇਸਤੀਫਾਦਾ ਕਰ ਰਹੇ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਪੰਜਾਬ ਪੇਜ, ਦੀ ਹੈਰੀਟੇਜ ਆਫ ਪਾਕਿਸਤਾਨ।